ਨਾ ਤਾਂ ਤੈਨੂੰ ਕੰਮ ਰੋਕਿਆ ਵੀ ਤੂੰ ਕੰਮ ਨਹੀਂ ਕਰਨਾ, ਨਾ ਇਹ ਰੋਕਿਆ ਵੀ ਕਿਤੇ ਜਾਣਾ ਨਹੀਂ ਤੂੰ, ਨਾ ਤੈਨੂੰ ਇਹ ਰੋਕਿਆ ਵੀ ਤੂੰ ਖਾਣਾ ਨਹੀਂ ਕੋਈ, ਨਾ ਇਹ ਰੋਕਿਆ ਤੂੰ ਪਹਿਨਣਾ ਨਹੀਂ ਕੋਈ, ਖਾ ਵੀ ਪਹਿਣ ਵੀ ਜਾ ਵੀ ਆ ਵੀ, ਪਰ ਇੱਕ ਨਿੱਕਾ ਜਿਹਾ ਕੰਮ ਕਰ ਲਾ ਕਿ ਹਰ ਵੇਲੇ ਅੱਲਾ 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 ਕਰੀ ਜਾ, ਅੱਲਾ ਅੱਲਾ ਨੂੰ ਪੁਕਾਰੀ ਜਾ। ਇਹ ਮੁਸਲਮਾਨਾਂ ਦੀ ਬੰਦਗੀ, ਅੱਲਾ ਪਾਕ ਦੀ ਬੰਦਗੀ, ਇਹ ਅੱਲਾ ਵਾਲਿਆਂ ਦਾ ਧਰਮ ਹੈ ਕਿ ਅੱਲਾ ਹੀ ਕਹਿਣਾ ਹੈ, ਸਾਡਾ ਧਰਮ ਹੈ ਵਾਹਿਗੁਰੂ ਕਹਿਣਾ। ਮਹਾਂਪੁਰਸ਼ ਕਹਿੰਦੇ ਸੀ ਤੂੰ ਬੈਠ ਸਵਾਸ ਸਵਾਸ ਬੰਦਗੀ ਕਰ, ਤੈਨੂੰ ਕਹੀਏ ਤੂੰ ਸਵਾਸ ਸਾਸ ਗਰਾਸ ਬੰਦਗੀ ਕਰਨੀ ਨਹੀਂ ਕਰ ਸਕਦਾ, ਤੈਨੂੰ ਕਹੀਏ ਚੌਂਕੜਾ ਮਾਰਨਾ ਤੂੰ ਨਹੀਂ ਮਾਰ ਸਕਦਾ, ਕਹੀਏ ਤੈਨੂੰ ਘਰ ਛੱਡ ਜੰਗਲਾਂ 'ਚ ਚਲਾ ਜਾ ਤੂੰ ਨਹੀਂ ਜਾ ਸਕਦਾ, ਤੇਰੇ ਜੋ ਰੂਟੀਨ ਹੈ ਘਰ ਜਿਹੜੇ ਵੀ ਕੰਮ ਕਰਨੇ ਆ ਘਰ ਜਿੱਧਰ ਜਾਣਾ ਹੈ ਜਾ। ਮਹਾਂਪੁਰਸ਼ ਕਹਿੰਦੇ ਸੀ ਤੈਨੂੰ ਦੱਸ ਦਈਏ ਕਿ ਤੈਨੂੰ ਸਵਾਸ ਸਵਾਸ ਬੰਦਗੀ ਦਾ ਫਲ ਮਿਲੇਗਾ ਜੇ ਤੈਨੂੰ ਇੱਕ ਜੁਗਤ ਸਮਝਾ ਦੇ, ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇਣਗੇ। ਕਹਿੰਦੇ ਤੈਨੂੰ ਜੁਗਤੀ ਦੇ ਦੇਣੀ ਆ, ਕਰੀ ਜਾ ਜਿੱਥੇ ਜਾਣਾ ਜਾ, ਜੋ ਕਰਨਾ ਘਰ। ਚੋਰਾਂ ਨੇ ਇਰਾਦਿਆ ਰੱਬ ਮਿਲ ਗਿਆ, ਚੰਡਾਲਾਂ ਨੇ ਇਰਾਦਿਆ ਰੱਬ ਮਿਲ ਗਿਆ, ਕਸਾਈਆਂ ਨੇ ਇਰਾਦਿਆ ਰੱਬ ਮਿਲ ਗਿਆ, ਯਾਰਾਂ ਨੇ ਇਰਾਦਿਆ ਉਹਨਾਂ ਨੂੰ ਰੱਬ ਮਿਲ ਗਿਆ, ਨੀਚਾਂ ਤੋਂ ਨੀਚਾਂ ਨੂੰ ਰੱਬ ਮਿਲ ਗਿਆ। ਮਹਾਂਪੁਰਸ਼ ਕਹਿੰਦੇ ਸੀ ਇੱਕ ਕੰਮ ਕਰ ਲਾ ਕਿ ਵਾਹਿਗੁਰੂ ਦੇ ਨਾਮ ਤੋਂ ਬਗੈਰ ਕਿਸੇ ਚੀਜ਼ ਨੂੰ ਹੱਥ ਨਾਲ ਲਾਈ, ਮੂੰਹ ਨਾਲ ਹੀ ਚੱਪਣਾ, ਤੇਰੇ ਨਹੀਂ ਹੱਥ ਰੁਕਣੇ, ਨਹੀਂ ਪੈਰ ਨਹੀਂ ਰੁਕਣੇ, ਕਿਸੇ 'ਤੇ ਲੋੜ ਨਹੀਂ ਪੈਣਾ। ਇਹ ਜਿਹੜਾ ਤੇਰਾ ਪਰਮਾਤਮਾ ਨੇ ਤੇਰੀ ਸੁਰਤ ਸੋਚ ਬਣਾਈ ਹੈ ਨਾ, ਇਹ ਖਿਆਲ ਰੱਖੀ ਕਿ ਇਹਨੇ ਸੁੱਤਿਆਂ ਵੀ ਬੰਦ ਨਹੀਂ ਹੋਣਾ, ਜਿਹੜੀ ਸੁਰਤ ਤੇ ਸੋਚ ਨਾ ਤੇਰੀ, ਜਾਗਦਿਆਂ ਤਾਂ ਚੱਲੀ ਜਾਣੀ ਹੈ। ਹਰ ਗੱਲ ਅਸੀਂ ਕਹਿਣ ਤੋਂ ਪਹਿਲਾਂ ਅੰਦਰ ਰਿਪੀਟ ਕਰਦੇ ਹਾਂ, ਫਿਰ ਮੂੰਹ 'ਚ ਕੱਢਦੇ ਹਾਂ ਹਰੇਕ ਗੱਲ, ਸੂਖਮ ਤੌਰ 'ਤੇ ਦਿਮਾਗ 'ਚ ਆਉਂਦੀ ਫਿਰ ਨਿਕਲਦੀ, ਕੋਈ ਇੱਥੇ ਮੂੰਹ 'ਚੋਂ ਫਰ ਫਰ ਨਹੀਂ ਨਿਕਲਦੀ, ਸਾਰੀ ਹਰੇਕ ਗੱਲ ਸਾਡੇ ਦਿਮਾਗ 'ਚੋਂ ਇੰਨੀ ਸਪੀਡ ਆਉਂਦੀ ਕਿ ਪਹਿਲਾਂ ਅੰਦਰ ਆਉਂਦੀ ਫਿਰ ਬਾਹਰ ਆਉਂਦੀ, ਹਰ ਗੱਲ ਤੇਰੇ ਮੂੰਹ 'ਚੋਂ ਨਿਕਲਣ ਵਾਲੀ ਅੰਦਰੋਂ ਤੁਰਦੀ, ਇਹ ਬੰਦ ਨਹੀਂ ਹੋਣੀ। ਨਾ ਤੇਰਾ ਦਿਲ ਬੰਦ ਹੋਣਾ ਹੈ, ਦਿਲ ਬੰਦ ਹੋ ਗਿਆ ਤੇ ਸਰੀਰ ਬੰਦ ਹੋ ਗਿਆ, ਖੂਨ ਤੇਰਾ ਚੱਲਦਾ ਹੀ ਰਹਿਣਾ ਜਦੋਂ ਤੋਂ ਜੰਮਿਆ ਮਰਨ ਤੱਕ, ਜਦੋਂ ਤੇਰਾ ਖੂਨ ਬੰਦ ਹੋ ਗਿਆ ਤੇ ਕੰਮ ਬੰਦ ਆ, ਉਹ ਨਾ ਤੇਰਾ ਖੂਨ ਬੰਦ ਹੋਇਆ ਨਾ ਤੇਰੀ ਸੋਚ ਬੰਦ ਹੋਈ, ਨਾ ਤੇਰਾ ਹਾਰਟ ਬੰਦ ਹੋਇਆ ਨਾ ਤੇਰਾ ਲੀਵਰ ਬੰਦ ਹੋਇਆ, ਜਿੰਨੀ ਮਸ਼ੀਨਰੀ ਹੈ ਸਾਰੀ ਤੇਰੇ ਸਰੀਰ ਦੀ ਕੰਮ ਕਰਦੀ ਪਈ ਬੰਦਿਆ, ਇੱਕ ਤੂੰ ਹੀ ਦਲਿੱਦਰੀ ਹੈ ਕਿ ਜਿਹਨੇ ਉਸ ਵਾਹਿਗੁਰੂ ਦਾ ਨਾਮ ਨਹੀਂ ਪੁਕਾਰਿਆ ਹਰ ਗੱਲ 'ਚ। ਸੁਰਤ ਸੋਚ ਕਰ ਭਾਂਡ ਸਾਰ ਤਿਸ ਵਿੱਚ ਤਿਸ ਨੂੰ ਰੱਖ, ਵਣਜਾਰਿਆਂ ਸਿਓ ਵਣਜ ਕਰ ਲੈ ਲਾਹਾ ਮਨ ਹੱਸ, ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ, ਖਰਚ ਬਣ ਚੰਗਿਆਈਆਂ ਮਤ ਬਣ ਜਾਣੇ ਕੱਲ, ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲੈ ਮਹੱਲ, ਪਿਓ ਨੇ ਕਿਹਾ ਪੁੱਤਰਾ ਬੜੀ ਜ਼ਮੀਨ ਹੀ,
बैल जिन्हें चाहिए खड़े होंगे, हर नौकर चाकर सारे तेरे कोल होंगे। जिन्नी मर्जी तू खेती कर ला जे तू खेती करनी चाहना। कहते हाँ मैं चाहना खेती करनी पिता जी। तो चक फिर जमीन की कमी भी नहीं, राय की जिनी जमीन है वाह कमाई जा, राय पुछता नहीं आप पटवारी है, सब जमीन मेरे हाथ च, सारिया जमीन मेरी कलम दे विच ने। कारवाई जिमें करनी हल पंजारिया सब कुछ ही गया, मन कर बैल सुरत कर पेंडा, ज्ञान गोण कर डारी, कैत कबीर सुनो रे संतो निभी खेप हमारी। मन एक पासे लगे, ये सोच एक पासे लगी है ना, तुसीं डुब गए जे किसी सोच, ते रोटी खांदियां भी नहीं तुहानू भुलनी जे, पैन दिया नहीं भुलनी जे, भुलाया नहीं भुलनी जे, डुब गए जे सोच, खांदियां पहनदियां चलदियां उठदियां जिन्हों मर्जी मिलो पर तुहानू सोच परेशान कर रही, तुसीं डुब गए जे हुंदे। कहते डुबना ही तो रब की सोच में डुब, परमात्मा की सोच में डुब, जिमें तू किसी गूढ़े प्यार डुब गया है, तेन किसी नाल मर्जी गल कितें मर्जी बैठ जिहड़ी मर्जी किताब पढ़ जो मर्जी खा, पर तेरे अंदर वड़ गया ख्याल पै गया, सोच वड़ गई तेरे अंदर, हुण तू उत्थे डुबिया पिया। जे गुरु की सोच बह जे अंदर, यही गुरु का ख्याल अंदर हिरदे च बह जे, तो फिर तुरते फिरते बहते उठते सारे पासे गुरु ही चेता आएगा। धन गुरु नानक।